ਕੋਡ ਆਫ ਕੰਡਕਟ ਲਾਗੂ ਹੋਣ ਕਰਕੇ ਹੈ ਜੀ, ਅਤੇ ਉਸ ਦੇ ਸੰਬੰਧਿਤ ਆਪਣੇ ਗਵਰਨਮੈਂਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸਿਆਸੀ ਲੀਡਰਾਂ ਦੇ ਜਿਹੜੇ ਬੋਰਡ ਆ ਉਹ ਉਤਾਰੇ ਜਾ ਰਹੇ ਆ। ਇਹ ਚੋਣ ਜ਼ਾਬਤਾ ਲਾਗੂ ਹੋ ਗਿਆ ਨਾ, ਚੋਣ ਜ਼ਾਬਤੇ ਦੇ ਵਿੱਚ ਅਸੀਂ ਜਿੰਨੀਆਂ ਵੀ ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ ਦੇ ਉੱਤੇ ਜਿੰਨੇ ਵੀ ਪੋਲੀਟੀਕਲ ਲੱਗੇ ਹੋਏ ਨੇ ਡੈਰੇ ਦੇ ਫਲੈਕਸਾਂ, ਉਹ ਸਾਰੀਆਂ ਅਸੀਂ ਤਾਰੀਆਂ ਜਾ ਰਹੀਆਂ ਨੇ, ਉਤਾਰ ਕੇ ਅਸੀਂ ਸਾਰੀਆਂ ਆਪਣੇ ਡਾਕਟਰ ਜਾ ਚੁੱਕੇ ਨੇ ਇਹ ਜਦੋਂ। ਅਤੇ ਇਸ ਤੋਂ ਬਾਅਦ ਜੇ ਕੋਈ ਦੁਬਾਰਾ ਲਗਾਊਗਾ ਤਾਂ ਉਹਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਚੋਣ ਵਾਂਗ ਉਹ ਕੀਤੀ ਜਾਊਗੀ।